सत श्री अकाल जी, तुसी देख रहे हो सेहत सुधार चैनल। मैं आजाद सिंह, अज असी चर्चा करांगे औरतां दी बीमारी PCOD नूं लैके। उहदे उत्ते चर्चा करांगे जो कि हर भारत की हर पंजवीं औरत नूं इह बीमारी हैगी है। तो उहदे उत्ते चर्चा करन दे लई साडे नाल जुड़े ने आयुर्वैदिक डॉक्टर डॉक्टर हरनाम सिंह जी। डॉक्टर हरनाम सिंह जी, स्वागत है जी। धन्यवाद जी। डॉक्टर जी, PCOD की है, जो कि हर पंजवीं औरत दे विच देखी जा रही है भारत की, जो औरतां ने उहनां दे विच इह बीमारी है जो हर पंजवीं औरत दे विच पाई जा रही है, इहदे कारण दस्सो ते उहदे लक्षण भी दस्सो ते नाल दी नाल इहदा इलाज आ इहदे तों किवें बचिया जा सकदा है। जी आजाद जी, जिस तरह आपां पिछले काफ़ी समय तो चर्चा कर रहे हैं सेहत बारे, बीमारियों बारे, उहदे विच मैं हर बार एक चीज़ का डिस्कस करदा जी, उह आ साडा खान पान जी। PCOD की है, PCOD की फुल फॉर्म हैगी है पोलीसिस्टिक ओवरियन डिसीज जी। ये जड़ी ओवरियां होंगे जिन्होंने बच्चेदानियां कहते हैं, बच्चेदानी के रसौलियां बननिया शुरू हो जाएं ने ओवरीज, ठीक है, जिते आंडा बनता है आंडे जदों रसौलियां बन जाती ने उहदे नाल की है, या तो माहवारी आनी बिल्कुल बंद हो जाती है, 6-6 महीने पीरियड्स नहीं आते भैणां नूं मावां नूं, या उन्होंने बहुत ज़्यादा ब्लीडिंग होनी शुरू हो जाती है। ਜਦੋਂ ਇਹ ਬਿਮਾਰੀ ਹੌਲੀ ਹੌਲੀ ਘਰ ਘਰ ਜਾਂਦੀ ਹੈ, ਉਹਦੇ ਨਾਲ ਕੀ ਹੁੰਦਾ, ਸਰੀਰ ਦੇ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ, ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਸਰੀਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਦਰਦਾਂ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਲੱਛਣ ਤੁਸੀਂ ਦੱਸ ਰਹੇ ਹੋ ਬਿਮਾਰੀ ਦੇ, ਠੀਕ ਹੈ। ਜਿਹੜੀ ਇਹ PCOD ਦੀ ਪ੍ਰੋਬਲਮ ਹੈ, ਸਭ ਤੋਂ ਪਹਿਲਾਂ 1935 ਦੇ ਵਿੱਚ ਪਾਈ ਗਈ ਸੀਗੀ, ਪਹਿਲਾ ਕੇਸ 1935 'ਚ ਆਇਆ ਸੀਗਾ। ਜਿਵੇਂ ਜਿਵੇਂ ਸਾਡੀ ਜੀਵਨ ਸ਼ੈਲੀ ਬਦਲਦੀ ਗਈ, ਇਹਦੇ ਜਿਹੜੇ ਹੈ ਕੇਸ ਵੱਧਦੇ ਗਏ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹਰ ਪੰਜਵੀਂ ਔਰਤ ਦੇ ਵਿੱਚ, ਇਹ 2015 ਦੇ ਵਿੱਚ ਸਰਵੇ ਹੋਇਆ ਸੀ ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਪੰਜਵੀਂ ਔਰਤ ਹਿੰਦੁਸਤਾਨ ਦੇ ਵਿੱਚ ਇਸ ਬਿਮਾਰੀ ਦੀ ਪੀੜਤ ਹੈ ਜੀ। ਅੱਗੇ ਆਪਾਂ ਚਰਚਾ ਕਰਾਂਗੇ ਜੀ ਇਸ ਬਿਮਾਰੀ ਨੂੰ ਲੈ ਕੇ, ਜੋ ਜਗਿਆਸਾ ਆ ਜੋ ਔਰਤਾਂ ਦੇ ਵਿੱਚ ਹੋਣੀ ਚਾਹੀਦੀ ਆ ਉਹ ਨਹੀਂ ਹੈ, ਤਾਂ ਉਸਦੇ ਕਾਰਨ ਕੀ ਨੇ? ਜੇਕਰ ਔਰਤਾਂ ਨੂੰ ਇਹ ਬਿਮਾਰੀ ਹੋ ਰਹੀ ਹੈ ਤਾਂ ਉਹ ਮੇਨ ਉਹਦੇ ਕੀ ਕਾਰਨ ਮੰਨੇ ਜਾ ਸਕਦੇ ਨੇ, ਕਿਹਨਾਂ ਕਾਰਨਾਂ ਕਰਕੇ ਔਰਤਾਂ ਨੂੰ ਇਹ ਬਿਮਾਰੀ ਹੋ ਰਹੀ ਹੈ ਅਤੇ ਕਿਹੜੀਆਂ ਔਰਤਾਂ ਨੂੰ ਜ਼ਿਆਦਾਤਰ ਇਹ ਬਿਮਾਰੀ ਲੱਗ ਰਹੀ ਹੈ ਜੀ? ਆਜ਼ਾਦ ਜੀ, ਸਭ ਤੋਂ ਪਹਿਲਾਂ ਜਿਹੜਾ ਇਹਦਾ ਕਾਰਨ ਹੈ, ਜਿਵੇਂ ਮੈਂ ਨਾਮ ਲਿਆ PCOD ਜੀ, ਓਵਰੀਆਂ ਦਾ ਆਪਾਂ ਨਾਂ ਲਿਆ, ਬੱਚੇ ਦਾ ਨਾਂ ਲਿਆ, ਬਿਲਕੁਲ ਇਹ ਬਿਮਾਰੀ ਪੈਦਾ ਤਾਂ ਜ਼ਰੂਰ ਉੱਥੇ ਜਾ ਕੇ ਹੁੰਦੀ ਹੈ, ਲੱਛਣ ਤਾਂ ਇਹਦੇ ਬਿਮਾਰੀ ਦੇ ਉੱਥੇ ਆ ਕੇ ਸਾਹਮਣੇ ਆਉਂਦੇ ਨੇ, ਪਰ ਇਹਦਾ ਜਿਹੜਾ ਮੇਨ ਰੂਟ ਕੌਜ਼ ਹੈ, ਜਿਹੜੀ ਇਹਦੀ ਜੜ੍ਹ ਹੈ, ਉਹ ਸਾਡੀ ਵੱਡੀ ਅੰਤੜੀ ਹੈ ਜੀ। ਜਦੋਂ ਅਸੀਂ ਆਪਦੇ ਸਰੀਰ ਦੇ ਵਿੱਚ ਇਸ ਤਰ੍ਹਾਂ ਦਾ ਖਾਣਾ ਪਾਉਂਦੇ ਹਾਂ ਜੋ ਸਾਡੇ ਅੰਤੜੀ ਦੇ ਵਿੱਚ ਜਾ ਕੇ ਜੰਮ ਜਾਂਦਾ, ਠੀਕ ਹੈ ਜੀ, ਲਾਰਜ ਇੰਟਸਟਾਈਨ ਦੇ ਵਿੱਚ ਬਹੁਤ ਬਰੀਕ ਬਰੀਕ ਵਾਲਾਂ ਦੀ ਤਰ੍ਹਾਂ ਸੱਕਰਜ਼ ਹੁੰਦੇ ਨੇ ਜੋ ਸਾਡੇ ਬਚੇ ਹੋਏ ਭੋਜਨ ਦੇ ਵਿੱਚੋਂ ਪਦਾਰਥ ਚੂਸ ਕੇ, ਪੋਸ਼ਕ ਤੱਤ ਚੂਸ ਕੇ ਸਾਡੇ ਖੂਨ ਦੇ ਵਿੱਚ ਮਿਲਾਉਂਦੇ ਨੇ। ਜਦੋਂ ਅਸੀਂ ਮੈਦੇ ਤੋਂ ਬਣੀਆਂ ਚੀਜ਼ਾਂ, ਚਿਪਸ ਹੋ ਗਏ, ਕੁਰਕਰੇ ਹੋ ਗਏ, ਜਾਂ ਇਸ ਤਰ੍ਹਾਂ ਦੇ ਜਿਹੜੇ ਪ੍ਰਿਜ਼ਰਵ ਫੂਡ ਨੇ ਜੀ, ਜਿਹੜੇ ਕਿ ਪੁਰਾਣੇ ਨੇ, ਜੰਕ ਫੂਡ ਆ, ਉਹ ਜਦੋਂ ਖਾਂਦੇ ਆ ਉਹ ਸਾਡੇ ਜਾ ਕੇ ਅੰਤੜੀਆਂ ਦੇ ਵਿੱਚ ਜੰਮ ਜਾਂਦਾ, ਤੇ ਉਹ ਗੰਦਾ ਜਿਹੜਾ ਖਾਣਾ, ਸੜਿਆ ਹੋਇਆ ਖਾਣਾ, ਉਹ ਜਦੋਂ ਸਾਰੇ ਸਰੀਰ ਦੇ ਵਿੱਚ ਹੌਲੀ ਹੌਲੀ ਇਕੱਠਾ ਹੋ ਕੇ ਸਾਡੇ ਖੂਨ 'ਚ ਰਲਣਾ ਸ਼ੁਰੂ ਹੁੰਦਾ, ਉਸ ਤੋਂ ਬਾਅਦ ਇਹੀ ਜਿਹੜਾ ਖੂਨ ਸਾਡੇ ਅੰਤੜੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਸਾਡੀ ਓਵਰੀ 'ਚ ਚਲਾ ਜਾਂਦਾ, ਜਦੋਂ ਓਵਰੀ 'ਚ ਜਾਂਦਾ ਉੱਥੇ ਜਾ ਕੇ ਇਹ ਗੰਢਾ ਬਣਾ ਲੈਂਦਾ, ਜਿਹਦੇ ਕਰਕੇ ਰਸੌਲੀਆਂ ਪੈਦਾ ਹੋ ਜਾਂਦੀਆਂ ਨੇ। ਔਰ ਉਹਦੇ ਕਰਕੇ ਕੀ ਲੱਛਣ ਹੁੰਦੇ ਨੇ ਇਹਦੇ, ਜਦੋਂ ਭੈਣਾਂ ਦੇ ਵਿੱਚ ਜਾਂ ਮੇਰੀਆਂ ਮਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ, ਉਹ ਔਰਤਾਂ ਦੇ ਵਿੱਚ ਕੀ ਹੁੰਦਾ ਕਿ ਜਦੋਂ ਰਸੌਲੀਆਂ ਬਣਦੀਆਂ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੀ ਮਾਹਵਾਰੀ ਹੈ ਉਹ ਡਿਸਟਰਬ ਹੋ ਜਾਂਦੀ ਹੈ, ਜਾਂ ਤਾਂ ਬਹੁਤ ਜ਼ਿਆਦਾ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਬਹੁਤ ਘੱਟ ਬਲੀਡ ਹੁੰਦੀ ਹੈ, 6-6 ਮਹੀਨੇ ਤੱਕ ਉਹਨਾਂ ਨੂੰ ਮਾਹਵਾਰੀ ਨਹੀਂ ਆਉਂਦੀ। ਜਦੋਂ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਕਿਉਂਕਿ ਐਲੋਪੈਥੀ 'ਚ ਇਹਦਾ ਕੋਈ ਪਰਮਾਨੈਂਟ ਹੱਲ ਨਹੀਂ ਹੈਗਾ, ਸੋ ਉਹਦੇ ਕਰਕੇ ਇਹ ਬਿਮਾਰੀ ਹੌਲੀ ਹੌਲੀ ਵੱਧਦੀ ਵੱਧਦੀ ਸਾਡੇ ਸਾਰੇ ਸਰੀਰ ਦੇ ਉੱਤੇ ਕਾਬੂ ਪਾ ਲੈਂਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਆਪਦੇ ਵਿਸ਼ੇ 'ਚ ਦੱਸਿਆ ਕਿ ਜਦੋਂ ਸਾਡੇ ਖੂਨ ਦੇ ਵਿੱਚ ਗੰਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਹੌਲੀ ਹੌਲੀ ਸਾਡੇ ਖੂਨ ਨੂੰ ਸਾਰੇ ਨੂੰ ਗੰਦਾ ਕਰਦੀ ਜਾਂਦੀ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਓਵਰਵੇਟ, ਜਿਹਨੂੰ ਮੋਟਾਪਾ ਕਹਿੰਦੇ, ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹਦਾ ਸਭ ਤੋਂ ਵੱਡਾ ਸਿਮਟਮ ਕੀ ਹੁੰਦਾ ਕਿ ਜਿਹਨਾਂ ਲੇਡੀਜ਼ ਨੂੰ PCOD ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦਾ ਜਿਹੜਾ ਖੂਨ ਦਾ ਵਹਾਅ ਹੈ ਸਿਰ ਵੱਲ ਨੂੰ ਬਹੁਤ ਘੱਟ ਜਾਂਦਾ, ਔਰ ਜਿਹਦੇ ਕਰਕੇ ਉਹਨਾਂ ਦੀ ਆਈਸਾਈਟ ਵੀਕ ਹੋਣੀ, ਸੁਭਾਅ ਚਿੜਚਿੜਾ ਹੋਣਾ, ਨੀਂਦ ਨਾ ਆਉਣਾ, ਤੇ ਵਾਲ ਝੜਨਾ ਜੀ, ਮੁੱਖ ਕਾਰਨ ਵਾਲ ਝੜਨਾ। ਸੋ ਇਸ ਤਰ੍ਹਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਭੈਣਾਂ ਨੂੰ ਸਾਹਮਣੇ ਆਉਂਦੀਆਂ ਨੇ, ਤੇ ਉਹਦੇ ਕਰਕੇ ਉਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਬਹੁਤ ਪ੍ਰਭਾਵਿਤ ਹੁੰਦੀ ਹੈ ਜੀ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਜੀ ਐਲੋਪੈਥੀ ਦੇ ਵਿੱਚ ਇਹਦਾ ਕੋਈ ਪਰਮਾਨੈਂਟ ਸਲਿਊਸ਼ਨ ਨਹੀਂ ਹੈਗਾ, ਤਾਂ ਆਯੁਰਵੇਦ ਕਿਵੇਂ ਸਹਾਈ ਹੈ ਔਰਤਾਂ ਨੂੰ ਇਹ ਰੋਗ ਨਾ ਹੋਵੇ? ਕਿਉਂਕਿ ਜੇਕਰ ਗੱਲ ਕਰੀਏ ਤਾਂ ਸਿੱਧੇ ਤੌਰ ਦੇ ਉੱਤੇ ਇਹਦਾ ਅਸਰ ਹੈ ਜੋ ਬੱਚੇ ਤਾਂ ਨਹੀਂ ਪ੍ਰਭਾਵਿਤ ਹੋਏਗੀ, ਤਾਂ ਬੱਚਾ ਵੀ ਨਹੀਂ ਹੋਏਗਾ ਤਾਂ ਬੱਚਾ ਪੈਦਾ ਨਹੀਂ ਹੋਏਗਾ, ਤਾਂ ਆਯੁਰਵੇਦ ਦੇ ਵਿੱਚ ਇਸਦਾ ਕੀ ਇਲਾਜ ਹੈਗਾ ਉਹ ਦੱਸੋ ਜੀ। ਜੀ ਆਜ਼ਾਦ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਸਾਡੇ ਖਾਣੇ ਦਾ ਬਹੁਤ ਵੱਡਾ ਰੋਲ
रोल है। जे तुसी गल करो अज तो 30 साल पुराने या 40 साल पुराने जिहड़ियां मेरी अपनियां दादियां ने, ठीक है, उन्होंने पुछो कि पीसीओडी की बीमारी तो तुसी ना जानते हो, उन्होंने बिल्कुल नहीं पता होगा क्योंकि उस टाइम यह बीमारी नहीं होंगी सी। मेरे को 17 साल के तजर्बे के विच शहरां ते पिंडां दीआं औरतां भैणां आउंदियां ने ते उन्हां विच मैं एक डिफरेंस देखिया कि जिहड़ियां पिंडां दीआं औरतां ने ओह औरतां जिहड़ियां कितें शहर दे विच जॉब करन आउंदियां उन्हां दा जरूर होएगी दिक्कत। पिंडां दीआं लेडीज़ नूं पीसीओडी की प्रॉब्लम बहुत घट देखण नूं मिलदी है, चाहे वह कुड़ियां ने चाहे वह भैणां ने। उहदा कारण की है, उहदा सब तों वड्डा कारण की है कि वह फिजिकली एक्टिविटी बहुत करदियां ने। बिल्कुल ਤੁਸੀਂ ਸੁਣਿਆ ਹੋਣਾ ਹੈ ਡਾਕਟਰ ਅਕਸਰ ਹੀ ਕਹਿੰਦੇ ਨੇ ਸੈਰ ਕਰੋ। ਸੈਰ ਕਰਨ ਦਾ ਸਾਡੇ ਸਰੀਰ ਦੇ ਵਿੱਚ ਕੀ ਰੋਲ ਹੈ? ਜਦੋਂ ਅਸੀਂ ਸੈਰ ਕਰਦੇ ਹਾਂ ਸਾਡੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਵੱਧਦੀ ਹੈ। ਗੈਪ ਜਿਹੜਾ ਉਹ ਬਹੁਤ ਜ਼ਰੂਰੀ ਹੈ, ਤੁਹਾਡੀ ਅੰਤੜੀਆਂ ਦੇ ਵਿੱਚ ਗੈਪ ਹੋਣਾ ਚਾਹੀਦਾ, ਉਹਦੇ ਵਿੱਚ ਠਹਿਰਾਵ ਹੋਣਾ ਚਾਹੀਦਾ। ਉਹਦੇ ਵਿੱਚ ਗੈਪ ਹੋਣ ਨਾਲ ਤੁਹਾਡੇ ਸਰੀਰ ਦੇ ਵਿੱਚ ਜਦੋਂ ਆਕਸੀਜਨ ਦੀ ਮਾਤਰਾ ਵਧੂਗੀ ਤੁਹਾਡਾ ਸੈੱਲ ਖੁੱਲੇਗਾ, ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਐਨਰਜੀ ਆਏਗੀ। ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਸ਼ਹਿਰ ਦੇ ਵਿੱਚ ਜੌਬ ਕਰਦੀਆਂ ਨੇ ਜਾਂ 24 ਘੰਟੇ ਉਹ ਆਪਦੇ ਆਪ ਨੂੰ ਸਟ੍ਰੈਸ ਦੇ ਵਿੱਚ ਰੱਖਦੀਆਂ ਨੇ, ਸੋ ਉਹਦੇ ਕਰਕੇ ਵੀ ਪੀਸੀਓਡੀ ਦੀ ਜਿਹੜੀ ਸਮੱਸਿਆ ਉਹਦਾ ਸਾਹਮਣਾ ਕਰਨਾ ਪੈ ਰਿਹਾ ਜੀ। ਮੇਨ ਤੌਰ ਦੇ ਉੱਤੇ ਮੇਨ ਕੌਜ਼ ਜਿਹੜਾ ਆਪਾਂ ਮੰਨੀਏ ਇਸ ਨੂੰ ਕਿਸ ਨੂੰ ਮੰਨਿਆ ਜਾ ਸਕਦਾ? ਤੁਸੀਂ ਜੰਕ ਫੂਡ ਦੀ ਗੱਲ ਕੀਤੀ ਹੈ, ਜੋ ਪ੍ਰਿਜ਼ਰਵ ਫੂਡ ਹੁੰਦਾ ਹੈ ਉਹ, ਜੇ ਪਿੰਡਾਂ ਦੀ ਲੇਡੀਜ਼ ਦੀ ਗੱਲ ਕਰੀਏ ਉਹ ਇਸ ਤਰੀਕੇ ਦਾ ਖਾਣ ਪਾਣ ਉਹਨਾਂ ਦਾ ਔਰ ਜਿਹੜੀਆਂ ਸ਼ਹਿਰ ਦੀਆਂ ਲੇਡੀਜ਼ ਆ ਉਹਨਾਂ ਨਾਲੋਂ ਬੈਟਰ ਹੋਏਗਾ ਜਾਂ ਫਿਰ ਉਹ ਇਸ ਤਰ੍ਹਾਂ ਦਾ ਜੰਕ ਫੂਡ ਨੂੰ ਅਵੋਇਡ ਹੀ ਕਰਦੀਆਂ ਨੇ? ਜੀ ਜੀ ਜੀ, ਆਉਣ ਵਾਲੇ ਅਗਲੇ ਕੁਛ ਪਲਾਂ ਦੇ ਵਿੱਚ ਮੈਂ ਤੁਹਾਨੂੰ ਇਹਦੇ ਕਾਰਨ ਦੱਸਾਂਗਾ ਔਰ ਇਹਦੇ ਬਚਾਅ ਦੇ ਤਰੀਕੇ ਦੱਸਾਂਗਾ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਣਗੀਆਂ। ਜਿਹੜੀ ਤੁਸੀਂ ਗੱਲ ਪੁੱਛੀ ਹੈ ਵੀ ਇਹ ਕਿਉਂ ਹੁੰਦੀਆਂ ਨੇ, ਸ਼ਹਿਰਾਂ ਅਤੇ ਪਿੰਡਾਂ ਦਾ ਕੀ ਰੋਲ ਹੈ? ਸ਼ਹਿਰਾਂ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾਤਰ ਬਿਜੀ ਰਹਿੰਦੀਆਂ ਨੇ ਔਰ ਆਪਦੇ ਜਿਹੜੇ ਕੰਮ ਕਾਰ ਨੇ ਉਹਦੇ ਕਰਕੇ ਸੈਰ ਨਹੀਂ ਕਰ ਪਾਉਂਦੀਆਂ, ਸਰੀਰਕ ਜਿਹੜੀ ਉਹਨਾਂ ਦੀ ਖੇਚਲ ਨਹੀਂ ਹੁੰਦੀ ਗੀ। ਸਰੀਰ ਖੇਚਲ ਨਾ ਹੋਣ ਕਰਕੇ ਸਭ ਤੋਂ ਵੱਡੀ ਗੱਲ ਹੈ, ਜਦੋਂ ਆਪਣੇ ਘਰਾਂ ਦੇ ਵਿੱਚ ਪੁਰਾਣੇ ਸਮੇਂ ਤੁਸੀਂ ਦੇਖੋ ਜੀ ਲੋਕ ਹੱਥਾਂ ਹੀ ਮਿਹਨਤ ਕਰਦੇ ਹੁੰਦੇ ਸੀਗੇ, ਹੁਣ ਅੱਜ ਕੱਲ੍ਹ ਵਾਸ਼ਿੰਗ ਮਸ਼ੀਨਾਂ ਆ ਗਈਆਂ, ਠੀਕ ਹੈ, ਪੋਚੇ ਲਾਉਣ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਘਰਾਂ ਦੇ ਵਿੱਚ, ਆਮ ਆਪਾਂ ਦੇਖਦੇ ਹਾਂ ਕੰਮ ਵਾਲੀ ਲੱਗੀਆਂ ਹੁੰਦੀਆਂ, ਸੋ ਉਹਦੇ ਕਰਕੇ ਜਦੋਂ ਸਰੀਰਕ ਮੁਸ਼ਕਤ ਘੱਟ ਗਈ ਹੈ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਅੰਤੜੀਆਂ ਨੇ ਉਹ ਪ੍ਰੋਪਰ ਸਾਫ਼ ਨਹੀਂ ਹੁੰਦੀਆਂ, ਜੰਕ ਫੂਡ ਖਾਣ ਕਰਕੇ ਸਾਨੂੰ ਕਬਜ਼ ਰਹਿੰਦੀ ਹੈ, ਉਹਦੇ ਕਰਕੇ ਹੀ ਹੌਲੀ ਹੌਲੀ ਸਾਡੇ ਸਰੀਰ ਦੇ ਵਿੱਚ ਮਲ ਇਕੱਠਾ ਹੋ ਕੇ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦਾ। ਡਾਕਟਰ ਸਾਹਿਬ ਅਗਲਾ ਕੁਐਸਚਨ ਆਪਾਂ ਲੈਂਦੇ ਹਾਂ, ਅਗਲਾ ਸਵਾਲ ਇਹ ਹੈ ਕਿ ਇਹਦੇ ਤੋਂ ਬਚਿਆ ਕਿਵੇਂ ਜਾਵੇ, ਇਹ ਬਿਮਾਰੀ ਲੱਗੇ ਹੀ ਨਾ, ਆਯੁਰਵੇਦ ਦੇ ਵਿੱਚ ਇਸਦਾ ਕੀ ਇਲਾਜ ਹੈ? ਜੀ, ਬਚਣ ਵਾਸਤੇ ਆਜ਼ਾਦ ਜੀ ਸਭ ਤੋਂ ਪਹਿਲੀ ਚੀਜ਼ ਹੈ ਸਾਡਾ ਜਿਹੜਾ ਪੇਟ ਹੈ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਾਡਾ ਪੇਟ ਨਹੀਂ ਸਾਫ਼ ਹੋਏਗਾ ਸਾਨੂੰ ਬਿਮਾਰੀਆਂ ਆਉਂਦੀਆਂ ਹੀ ਰਹਿਣਗੀਆਂ, ਇੱਕ ਬਿਮਾਰੀ ਜਾਏਗੀ ਦੂਸਰੀ ਆ ਜਾਏਗੀ, ਸੋ ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਜੰਕ ਫੂਡ ਹੈ ਉਹ ਤੋਂ ਤੌਬਾ ਕਰਨੀ ਚਾਹੀਦੀ, ਅਸੀਂ ਜੰਕ ਫੂਡ ਨਹੀਂ ਖਾਣਾ ਗਾ, ਤਾਜ਼ਾ ਭੋਜਨ ਅਤੇ ਸਾਦਾ ਭੋਜਨ ਘਰ ਵਿੱਚ ਪੱਕਿਆ ਹੋਇਆ ਭੋਜਨ ਖਾਣ ਦੀ ਸਾਨੂੰ ਆਦਤ ਪਾਉਣੀ ਚਾਹੀਦੀ ਹੈ ਔਰ ਇੱਕ ਜਿਹੜੀ ਹੈਲਦੀ ਪਲੇਟ ਮੈਂ ਅਕਸਰ ਹੀ ਗੱਲ ਕਰਦਾ, ਤੁਹਾਡੇ ਸਰੀਰ ਦੇ ਅਨੁਸਾਰ ਜੇ ਤੁਹਾਡਾ 70 ਕਿਲੋ ਭਾਰ ਹੈ ਅਤੇ 700 ਗ੍ਰਾਮ ਫੂਡ ਫਰੂਟ ਅਤੇ ਵੈਜੀਟੇਬਲਸ ਕੱਚੇ ਰੂਪ 'ਚ ਉਹ ਤੁਸੀਂ ਖਾਣੇ ਹੈ, ਇਹ ਨਾਸ਼ਤੇ ਦੇ ਵਿੱਚ ਖਾਣ ਦੀ ਆਦਤ ਪਾ ਲਓ, ਦਿਨ ਦੇ ਵਕਤ ਸੂਰਜ ਦੇ ਮੌਜੂਦਗੀ ਜਦੋਂ ਤੱਕ ਸੂਰਜ ਰਹਿੰਦਾ ਉਹ ਤੱਕ ਫਲ ਅਤੇ ਸਬਜ਼ੀਆਂ ਦਾ ਕੱਚਿਆਂ ਦਾ ਜਿਹੜਾ ਇਸਤੇਮਾਲ ਕੀਤਾ ਜਾਵੇ, ਉਹਦੇ ਨਾਲ ਤੁਹਾਡੀ ਜਿਹੜੀ ਅੰਤਰੀਆਂ ਬਿਲਕੁਲ ਸਾਫ਼ ਹੋ ਜਾਣਗੀਆਂ, ਸਰੀਰ ਦੇ ਵਿੱਚੋਂ ਜਿੰਨਾ ਜ਼ਹਿਰੀਲਾ ਮੱਦ ਹੈ ਉਹ ਬਾਹਰ ਨਿਕਲ ਜਾਏਗਾ। ਦੂਸਰੀ ਗੱਲ ਹੈ ਜੀ, 15 ਤੋਂ 20 ਮਿੰਟ ਸਾਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਭੈਣਾਂ ਨੂੰ ਜਿਨ੍ਹਾਂ ਨੂੰ ਪੀਸੀਓਡੀ ਦੀ ਸਮੱਸਿਆ ਹੈਗੀ ਹੈ ਉਹ ਸਿਰਫ 5 ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣ। ਜਿਹੜੇ 5 ਨਿਯਮ ਮੈਂ ਦੱਸਣ ਜਾ ਰਿਹਾ ਉਹਦੇ ਨਾਲ ਮੈਂ 100% ਇਸ ਗੱਲ ਨਾਲ ਸਹਿਮਤ ਹਾਂ, ਮੇਰੇ ਕੋਲ ਪਿਛਲੇ 17 ਸਾਲ ਐਕਸਪੀਰੀਅੰਸ ਦੇ ਵਿੱਚ ਮੈਂ ਦੇਖਿਆ ਜਿਹੜੀਆਂ ਭੈਣਾਂ ਨੇ ਇਹ 5 ਨਿਯਮ ਆਪਣੀ ਜ਼ਿੰਦਗੀ 'ਚ ਅਪਣਾ ਲਏ ਨੇ ਉਹ 3 ਮਹੀਨੇ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਤੋਂ ਨਿਜਾਤ ਪਾ ਲੈਂਦੀਆਂ ਬਿਨਾਂ ਕਿਸੇ ਦਵਾਈ ਦੇ। ਪਹਿਲਾ ਜਿਹੜਾ ਨਿਯਮ ਹੈ ਉਹ ਇਹ ਹੈ ਕਿ ਸਾਨੂੰ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ ਪੀਸੀਓਡੀ ਵਾਸਤੇ, ਕਿਉਂਕਿ ਇਹ ਬਿਮਾਰੀ ਨਹੀਂ ਹੈ, ਇਹ ਸਾਡਾ ਗਲਤ ਖਾਣ ਪਾਣ ਦਾ ਇੱਕ ਸਾਡੀ ਜੀਵਨ ਸ਼ੈਲੀ ਦਾ ਇੱਕ ਨੁਕਸ ਹੈ, ਉਹਨੂੰ ਅਸੀਂ ਆਪਦੀ ਜੀਵਨ ਸ਼ੈਲੀ ਨੂੰ ਬਦਲ ਕਰਕੇ ਹੀ ਠੀਕ ਕਰ ਸਕਦੇ ਹਾਂ। ਬਿਨਾਂ ਕਿਸੇ ਦਵਾਈ ਦੇ ਇਸ ਬਿਮਾਰੀ ਦੇ ਵਿੱਚ ਕੋਈ ਦਵਾਈ ਸਾਨੂੰ ਨਹੀਂ ਖਾਣੀ ਚਾਹੀਦੀ ਕਿਸੇ ਤਰ੍ਹਾਂ ਦੀ। ਦੂਸਰਾ ਹੈ ਜੀ, ਸਾਡੀ ਜੀਵਨ ਸ਼ੈਲੀ ਦੇ ਵਿੱਚ ਸਭ ਤੋਂ ਪਹਿਲਾਂ ਐਕਸਰਸਾਈਜ਼ ਜੀ, 15 ਮਿੰਟ ਘੱਟੋ ਘੱਟ ਸਾਨੂੰ ਜੋਗਿੰਗ ਜਾਂ ਬਟਰਫਲਾਈ ਇੱਕ ਐਕਸਰਸਾਈਜ਼ ਹੁੰਦੀ ਹੈ ਉਹ ਕਰ ਸਕਦੇ ਹੈ। ਤੀਸਰਾ ਕਾਰਨ ਹੈ ਜੀ ਪਾਣੀ, ਸਰੀਰ ਦੇ ਵਿੱਚ ਪਾਣੀ ਦੀ ਜਿਹੜੀ ਪ੍ਰੋਪਰ ਮਾਤਰਾ ਹੈ ਉਹ ਹੋਣੀ ਚਾਹੀਦੀ ਹੈ, ਦਿਨ ਦੇ ਵਿੱਚ ਘੱਟੋ ਘੱਟ 3 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਚੌਥਾ ਹੈ ਜੀ ਤੁਹਾਡੇ ਪੇਟ ਦਾ ਸਾਫ਼ ਹੋਣਾ ਨਿਯਮਿਤ ਰੂਪ 'ਚ, ਫਲਾਂ ਅਤੇ ਸਬਜ਼ੀਆਂ ਦਾ ਤੁਸੀਂ ਜਦੋਂ ਲਗਾਤਾਰ ਸੇਵਨ ਕਰੋਗੇ ਉਹਦੇ ਨਾਲ ਤੁਹਾਡੇ ਸਰੀਰ ਦੇ ਜਿਹੜੇ ਟੌਕਸਿਨ ਨੇ ਉਹ ਬੋਡੀ 'ਚੋਂ ਡੀਟੌਕਸ ਹੋਣੇ ਸ਼ੁਰੂ ਹੋ ਜਾਣਗੇ ਅਤੇ ਹੌਲੀ ਹੌਲੀ ਤੁਹਾਡਾ ਸਰੀਰ ਨਵਾਂ ਹੋਣਾ ਸ਼ੁਰੂ ਹੋ ਜਾਊਗਾ। ਅਤੇ 5ਵਾਂ ਅਤੇ ਆਖਰੀ ਜਿਹੜਾ ਕਾਰਨ ਹੈ ਜਿਹੜਾ ਕਿ ਹਰ ਇਨਸਾਨ ਨੂੰ ਜ਼ਰੂਰੀ ਹੈ ਤੰਦਰੁਸਤ ਰਹਿਣ ਲਈ, ਉਹ ਹੈ ਜੀ 6 ਤੋਂ 8 ਘੰਟੇ ਦੀ ਨੀਂਦ। ਜੀ,
जिहड़े लोग स्ट्रैस फ्री लाइफ जींदे ने उन्हां नूं कदी कोई बीमारी नहीं होएगी। तुसीं देखिया होणा पिंडां दे विच सत्थां दे विच लोग बैठदे ने, अज वी जिहड़े सत्थां विच बैठण वाले 50-55 साल दे 60 साल दे बजुर्गां दा या 70 साल दे बजुर्गां दे विच तुसीं पुछोगे कोई बीपी शुगर नहीं हैगा उन्हां नूं, कोई जोड़ां दे दर्द नहीं हैगे, उहदा सिर्फ एक कारण है कि उह स्ट्रैस फ्री लाइफ जींदे ने। उह सही टाइम ते उठदे ने ते सही टाइम ते सौंदे ने। जदों असीं आपदे शरीर दे विच लोड तों ज़्यादा स्ट्रैस पैदा कर लांगे ते सानूं बीमारियां घेरनियां ਕਰਨੀਆਂ। ਜਦੋਂ ਅਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ, ਗੁਰਬਾਣੀ ਸਾਨੂੰ ਇਹ ਸੇਧ ਦਿੰਦੀ ਹੈ, ਮਨ ਜੀਤੇ ਜਗਜੀਤ। ਜਦੋਂ ਤੁਸੀਂ ਆਪਦੇ ਮਨ ਤੇ ਕਾਬੂ ਪਾ ਲਿਆ, ਤੁਸੀਂ 11 ਵਜੇ ਤੱਕ ਫੋਨ ਚਲਾ ਰਹੇ ਹੋ, ਤੁਸੀਂ ਨੋਨ ਵੈਜ ਖਾ ਰਹੇ ਹੋ ਲੋੜ ਤੋਂ ਜ਼ਿਆਦਾ, ਤੁਸੀਂ ਲੋੜ ਤੋਂ ਜ਼ਿਆਦਾ ਅਲਕੋਹਲ ਲੈ ਰਹੇ ਹੋ। ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਮੈਂ ਦੇਖ ਰਿਹਾ ਮੇਰੀਆਂ ਭੈਣਾਂ ਇਸ ਤਰ੍ਹਾਂ ਦੀਆਂ ਹੈ, ਜ਼ਿਆਦਾ ਪੜ੍ਹਨ ਲਿਖਣ ਕਰਕੇ ਮਾਡਰਨ ਹੋਣ ਕਰਕੇ ਉਹ ਅਲਕੋਹਲ ਦਾ ਅਤੇ ਸਮੋਕਿੰਗ ਦਾ ਅਕਸਰ ਹੀ ਇਸਤੇਮਾਲ ਕਰ ਰਹੀਆਂ ਨੇ। ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਅਸੀਂ PCOD ਤੋਂ ਛੁਟਕਾਰਾ ਪਾ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਉਹਨਾਂ ਤਮਾਮ ਦਰਸ਼ਕਾਂ ਅੱਗੇ ਰੱਖੇ ਜੋ ਇਸ ਵਕਤ ਆਪਾਂ ਨੂੰ ਦੇਖ ਰਹੇ ਨੇ, ਅਤੇ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।